ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਫਿਰ ਕਿੱਦਾਂ ਲੱਗੀ ਮੂਵੀ? ਬਹੁਤ ਵਧੀਆ, ਟੂ ਗੁੱਡ। ਬੈਸਟ ਪਾਰਟ ਕੀ ਅਸੀਂ ਕਹਿ ਸਕਦੇ ਹਾਂ, ਕੀ ਵਧੀਆ ਲੱਗਿਆ? ਦੇਖੋ, ਮੇਨ ਚੀਜ਼ ਹੁੰਦੀ ਹੈ ਫਿਲਮ ਦੀ ਸਟੋਰੀ, ਪਰ ਇਹੋ ਜਿਹੀ ਸਟੋਰੀ ਪਹਿਲੇ ਕਦੇ ਨਹੀਂ ਸੀ ਆਈ। ਆਪਾਂ ਇਹਨੂੰ ਵਨ ਵਰਡ ਕਹਿ ਸਕਦੇ ਹਾਂ ਕਿ ਨਿਊ ਜਨਰੇਸ਼ਨ ਸਿਨੇਮਾ, ਯੂਨੀਕ ਕਹਿ ਸਕਦੇ, ਯੂਨੀਕ ਕਹਿ ਸਕਦੇ ਹਾਂ। ਔਰ ਸਾਰਿਆਂ ਦੀ ਪਰਫੋਰਮੈਂਸਿਸ ਇੰਨੀ ਵਧੀਆ ਹੈ, ਮਿਊਜ਼ਿਕ ਤਾਂ ਕਮਾਲ ਹੀ ਹੈ ਫਿਲਮ ਦਾ, ਉਹ ਤਾਂ ਆਲਰੇਡੀ ਅਸੀਂ ਦੇਖ ਹੀ ਚੁੱਕੇ ਸੀਗੇ, ਫਿਲਮ ਹੁਣੇ ਦੇਖੀ। ਔਰ ਟੂ ਗੁੱਡ, ਮਤਲਬ ਪਰਫੋਰਮੈਂਸਿਸ ਦੇਖ ਲਓ, ਮੇਨ ਸਟੋਰੀ ਮੈਨੂੰ ਬਹੁਤ ਵਧੀਆ ਲੱਗੀ, ਔਰ ਜੋ ਡਾਇਰੈਕਟਰ ਸਾਹਿਬ ਨੇ ਐਗਜੀਕਿਊਟ ਕੀਤੀ ਫਿਲਮ, ਉਹ ਵੀ ਕਮਾਲ ਹੈ, ਔਰ ਕਲਾਈਮੈਕਸ ਬਹੁਤ ਟੱਚਿੰਗ, ਬਹੁਤ ਇਮੋਸ਼ਨਲ ਸੀਗਾ। ਤੁਸੀਂ ਪੂਰੀ ਟੀਮ ਨੂੰ ਕੀ ਮੈਸੇਜ ਦੇਣਾ ਚਾਹੋਗੇ, ਜੋ ਕਿ ਉਹ ਹਲੇ ਇੱਥੇ ਨਹੀਂ ਹੈਗੇ, ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਉਹਨਾਂ ਨੂੰ? ਟੀਮ ਨੂੰ ਨਹੀਂ, ਮੈਂ ਆਡੀਅੰਸ ਨੂੰ ਮੈਸੇਜ ਦੇਣਾ ਚਾਹੂੰਗਾ, ਆਡੀਅੰਸ ਨੂੰ ਵੀ ਕੰਮ ਕਰ ਦਿੱਤਾ। ਮੈਂ ਇਹ ਕਹਿਣਾ ਚਾਹੂੰਗਾ ਕਿ ਕਿਉਂਕਿ ਹਰ ਫਰਾਈਡੇ ਦੋ ਦੋ ਫਿਲਮਾਂ ਰਿਲੀਜ਼ ਹੋ ਰਹੀਆਂ, ਹੋ ਸਕਦਾ ਤੁਹਾਨੂੰ ਲੱਗੇ ਕਿ ਇੱਕ ਜਿਹੀਆਂ ਫਿਲਮਾਂ ਆ ਰਹੀਆਂ ਨੇ, ਜਿਵੇਂ ਟ੍ਰੇਲਰ ਵੀ ਹੈ, ਬਟ ਇਹ ਫਿਲਮ ਬਹੁਤ ਹੀ ਯੂਨੀਕ ਹੈ। ਹਿੰਦੀ ਦੇ ਵਿੱਚ ਅਸੀਂ ਜਿਹੜਾ ਇੱਕ ਨਵਾਂ ਸਿਨੇਮਾ ਜਿਹਨੂੰ ਕਹਿੰਦੇ ਹਾਂ, ਜਿਵੇਂ ਬਰੇਲੀ ਕੀ ਬਰਫੀ ਆ, ਇੱਦਾਂ ਦਾ ਜਿਹੜਾ ਸਿਨੇਮਾ ਸੀਗਾ ਜਿਹੜਾ ਹਲੇ ਤੱਕ ਪੰਜਾਬੀ 'ਚ ਨਹੀਂ ਆਇਆ ਸੀਗਾ, ਉਹ ਇਸ ਫਿਲਮ ਦੇ ਨਾਲ ਪੰਜਾਬੀ ਸਿਨੇਮਾ ਦੇ ਵਿੱਚ ਆਇਆ। ਤਾਂ ਮੈਂ ਰਿਦਮ ਵਾਇਜ਼ ਨੂੰ ਔਰ ਸਾਰੀ ਟੀਮ ਨੂੰ ਮੁਬਾਰਕਬਾਦ ਦੇਣਾ ਚਾਹੂੰਗਾ ਕਿ ਉਹਨਾਂ ਨੇ ਇੰਨਾ ਵਧੀਆ ਕੰਸੈਪਟ ਪੰਜਾਬੀ 'ਚ ਲੈ ਕੇ ਆਏ ਨੇ, ਉਹ ਯੂਨੀਕ ਜੀ ਫਿਲਮ। ਔਰ ਆਡੀਅੰਸ ਨੂੰ ਕਹੂੰਗਾ ਕਿ ਫਿਲਮ ਜ਼ਰੂਰ ਦੇਖੋ, ਇੰਜੋਏ ਕਰੋਗੇ।